ਰਿੰਦਰਾ ਕਾਲਜ ਦੇ ਬਾਹਰ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਮਨਾਈ ਗਈ ਕਾਲੀ ਦੀਵਾਲੀ ਤੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਪ੍ਰੋਫੈਸਰ ਭਰਤੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਜੋ ਪੁਰਾਣੇ ਪਿਛਲੇ 15-20 ਸਾਲਾਂ ਦੇ ਪ੍ਰੋਫੈਸਰ ਲੱਗੇ ਨਾ ਉਹਨਾਂ ਨੂੰ ਇੱਥੇ ਆਪਣਾ ਪੱਕੇ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਗੈਸਟ ਫੈਕਲਟੀ ਪ੍ਰੋਫੈਸਰ ਲਗਾਤਾਰ ਧਰਨੇ 'ਤੇ ਬੈਠੇ ਹੋਏ ਹਨ ਅਤੇ ਅੱਜ ਉਹਨਾਂ ਵੱਲੋਂ ਕਾਲੀ ਦੀਵਾਲੀ ਮਨਾਈ ਗਈ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। मेरा नाम जी सरजीत है, मैं एज असिस्टेंट प्रोफेसर जॉब करता हूँ गवर्नमेंट रिंदरा कॉलेज बठिंडा। तो असी अज जी हैगी है सरकार दिया मारू नीतियों के खिलाफ जी है रोस प्रदर्शन कर रहे हैं, काली दिवाली मना रहे हैं। ਇਹ ਜਿਹੜਾ ਮਹੀਨਾ ਹੈਗਾ ਤਿਉਹਾਰਾਂ ਦਾ ਮਹੀਨਾ, ਖੁਸ਼ੀਆਂ ਦਾ ਮਹੀਨਾ, ਪਰ ਸਾਨੂੰ ਵੀ ਲੱਗਦਾ ਸੀਗਾ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਜਿਹੜਾ ਹੈਗਾ ਤੋਹਫ਼ਾ ਜਾਂ ਕੁਛ ਖੁਸ਼ੀ ਦੇਊਗੀ, ਪਰ ਸਰਕਾਰ ਨੇ ਜਿਹੜਾ ਹੈਗਾ ਫਰਮਾਨ ਜਾਰੀ ਕਰਤਾ ਵੀ ਸਾਨੂੰ ਜਿਹੜਾ ਹੈਗਾ ਨੌਕਰੀਆਂ ਤੋਂ ਕੱਢਿਆ ਜਾ ਰਿਹਾ। ਇਸ ਕਰਕੇ ਅਸੀਂ ਜਿਹੜੀ ਹੈਗੀ ਹੈ ਕਾਲੀ ਦੀਵਾਲੀ ਜਿਹੜੀ ਹੈਗੀ ਹੈ ਉਹ ਮਨਾ ਰਹੇ ਹਾਂ, ਅਤੇ ਅਸੀਂ ਜਿਹੜਾ ਹੈਗਾ ਆਪਦੇ ਮੋਢਿਆਂ 'ਤੇ ਚੱਕ ਕੇ ਇਹਨਾਂ ਕਾਲਜਾਂ ਨੂੰ ਉੱਪਰ ਲੈ ਕੇ ਗਏ, ਆਪਦੇ ਆਪ ਨੂੰ ਜਿਹੜਾ ਹੈਗਾ ਬਾਲ ਕੇ ਇਹਨਾਂ ਕਾਲਜਾਂ ਨੂੰ ਰੋਸ਼ਨ ਕੀਤਾ। ਪਰ ਅੱਜ ਜਿਹੜੀ ਹੈਗੀ ਹੈ ਪੰਜਾਬ ਸਰਕਾਰ, ਚੰਨੀ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਹੈ, ਸਾਨੂੰ ਇਹਨਾਂ ਕਾਲਜਾਂ ਤੋਂ ਬਾਹਰ ਕਰ ਰਹੀ ਹੈ। ਸਾਨੂੰ ਪੰਜਾਬ ਸਰਕਾਰ ਤੋਂ ਇਹ ਉਮੀਦ ਨਹੀਂ ਸੀ, ਇਹ ਤਿਉਹਾਰਾਂ ਦਾ ਦਿਨ ਹੈ, ਦੀਵਾਲੀ ਦਾ ਦਿਨ ਹੈ, ਸਾਨੂੰ ਇਹ ਸੀਗਾ ਵੀ ਸਾਨੂੰ ਕੁਛ ਨਾ ਕੁਛ ਜਿਹੜਾ ਹੈਗਾ ਤੋਹਫ਼ਾ ਦਿੱਤਾ ਜਾਊਗਾ। ਪਰ ਜਿਹੜੀਆਂ ਹੈਗੀਆਂ ਉਹਨਾਂ ਨੇ ਤੁਗਲੀ ਫਰਮਾਨ ਜਾਰੀ ਕਰਕੇ ਜਿਹੜਾ ਹੈਗਾ ਸਾਨੂੰ ਇਹਨਾਂ ਕਾਲਜਾਂ 'ਚੋਂ ਬਾਹਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਉਹ ਫਰਮਾਨ ਵਾਪਸ ਲੈ ਕੇ ਸਾਨੂੰ ਇਹਨਾਂ ਨੌਕਰੀਆਂ 'ਤੇ ਪੱਕਾ। ਮੈਂ ਐਡਵੋਕੇਟ ਨਵਦੀਪ ਜਿੱਦਾ, ਸਪੋਕਸ ਪਰਸਨ ਪੰਜਾਬ ਆਮ ਆਦਮੀ ਪਾਰਟੀ। ਅੱਜ ਅਸੀਂ ਇੱਥੇ ਪਹੁੰਚੇ ਹਾਂ ਕੋਈ ਰਾਜਨੀਤੀ ਕਰਨ ਨਹੀਂ ਆਏ, ਅਸੀਂ ਸਰਕਾਰ ਦੇ ਉਸ ਮੁਹੰਮਦ ਤੁਗਲਕੀ ਫਰਮਾਨ ਦੇ, ਜਿਨ੍ਹਾਂ ਨੇ ਸਾਡੇ ਇਹਨਾਂ ਭੈਣਾਂ ਭਰਾਵਾਂ ਦੇ ਜਿਹੜੇ ਘਰੇ ਚੁੱਲ੍ਹੇ ਸੀਗੇ ਉਹ ਠੰਡੇ ਕਰਤੇ, ਕਿਉਂਕਿ ਇਹ ਲਗਾਤਾਰ ਸਾਡੀਆਂ ਭੈਣਾਂ ਸਾਡੇ ਭਰਾ ਇੱਥੇ 15-15 ਸਾਲ, 20-20 ਸਾਲ ਤੋਂ, 25-25 ਸਾਲ ਤੋਂ ਪੜ੍ਹਾ ਰਹੇ ਹੈ ਲੈਕਚਰਾਰ ਤੌਰ 'ਤੇ। ਮੈਂ ਇੱਕ ਗੱਲ ਕਹੂੰਗਾ, ਜੇ ਇਹਨਾਂ ਨੂੰ ਕੱਢਿਆ ਗਿਆ ਇੱਕ ਅਸੀਂ ਪਰਚਾ ਸਰਕਾਰ ਉੱਪਰ ਵੀ ਫਿਰ ਕਰਾਂਗੇ, ਕਿਉਂਕਿ ਸਰਕਾਰਾਂ ਨੇ 25 ਸਾਲ ਤੱਕ ਇਹਨਾਂ ਤੋਂ ਕੰਮ ਕਰਵਾ ਕੇ ਇਹਨਾਂ ਤੋਂ ਜਿਹੜਾ ਇਹਨਾਂ ਨੇ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਉਹਨਾਂ ਦੀ ਜ਼ਿੰਦਗੀ ਬਣਾਈ, ਪਰ ਉਹਨਾਂ ਦੇ ਆਪ ਦੀ ਜ਼ਿੰਦਗੀ 'ਚ ਬਰਬਾਦ ਕਰਨ 'ਤੇ ਤੁਲੀ ਹੋਈ ਹੈ ਸਰਕਾਰ। ਕਿਉਂਕਿ ਦੇਖੋ ਨਵੀਆਂ ਪੋਸਟਾਂ ਜੇ ਕੱਢਣੀਆਂ ਸੀ ਤਾਂ ਇਹਨਾਂ ਨੂੰ ਬਿਲਕੁਲ ਜਿਹੜੀ ਬਣਦੀ ਇਹਨਾਂ ਦੀ ਇੱਥੇ ਇਹਨਾਂ ਨੂੰ ਰੈਗੂਲਰ ਕੀਤਾ ਜਾਂਦਾ, ਉਹਦੇ ਵਿੱਚ ਗੈਸਟ ਫੈਕਲਟੀ ਕੰਟਰੈਕਟਰ ਪਾਰਟ ਟਾਈਮ ਜੋਬ ਜਿਹੜੇ ਕਰਦੇ ਇੱਥੇ ਲੈਕਚਰਾਰ ਸਾਡੀਆਂ ਭੈਣਾਂ ਭਰਾ, ਉਹਨਾਂ ਨੂੰ 20-20 ਸਾਲਾਂ ਬਾਅਦ 25-25 ਸਾਲਾਂ ਬਾਅਦ ਇਹ ਕਹਿ ਦੇਣਾ ਕਿ ਤੁਹਾਡੀ ਜਗ੍ਹਾ 'ਤੇ ਅਸੀਂ ਨਵੀਆਂ ਪੋਸਟਾਂ ਕੱਢਤੀਆਂ, ਤੁਸੀਂ ਆਪਦੇ ਘਰਾਂ ਨੂੰ ਚੱਲੋ। ਘਰਾਂ ਨੂੰ ਚੱਲਣ ਦਾ ਮਤਲਬ ਇਹਨਾਂ ਨੂੰ ਟੈਸਟ ਦੇਣ ਲਈ ਮਜਬੂਰ ਕੀਤਾ ਜਾਂਦਾ, ਔਰ ਕਿੱਡੀ ਸ਼ਰਮਨਾਕ ਗੱਲ ਹੈ ਅੱਜ ਦੀ ਜੋ ਜਨਰੇਸ਼ਨ ਹੈ ਔਰ ਜਿਹੜੀ ਨਵੀਂ ਜਨਰੇਸ਼ਨ ਹੈ ਔਰ ਸਾਡੀ ਜੋ ਪੁਰਾਣੀ ਜਨਰੇਸ਼ਨ ਸੀਗੀ ਉਹਦੇ ਵਿੱਚ ਬੜਾ ਗੈਪ ਹੈ ਔਰ ਟਾਈਮ ਦੇ ਨਾਲ ਆਉਂਦਾ ਰਹਿਣਾ ਹੈਗਾ। ਦੇਖੋ ਕਿੱਡੀ ਘਟੀਆ ਸੋਚ ਹੈ ਇਹ ਸਰਕਾਰ ਦੀ, ਚੰਨੀ ਸਰਕਾਰ ਦੀ। ਚੰਨੀ ਸਾਹਿਬ ਕੀ ਕਰਦੇ ਆ, ਕਿਸ ਦੇ ਘਰੇ ਸ਼ਗਨ ਦੇ ਕੇ ਆਪਦਾ ਬੋਰਡ ਲਵਾ ਕੇ ਕਰਾ ਕੇ ਬੱਸਾਂ ਟੰਗਾਉਂਦੇ ਆ, ਕਿਸੇ ਨੂੰ ਕਿਸ ਦੇ ਘਰ ਗਰੀਬ ਦੇ ਖਾਣਾ ਖਾ ਕੇ ਉਹਦਾ ਫਲੈਕਸ ਬਣਾ ਕੇ ਕੰਧਾਂ ਉੱਪਰ ਟੰਗਾਉਂਦੇ ਆ। ਜਿਹੜਾ ਚੰਨੀ ਕਹਿੰਦਾ ਅਸੀਂ ਘਰ ਘਰ ਨੌਕਰੀ ਦੇਵਾਂਗੇ, ਆ ਸਾਡੀਆਂ ਭੈਣਾਂ ਸਾਡੇ ਵੀਰ ਜਿਨ੍ਹਾਂ ਦੇ ਘਰ ਦੇ ਚੁੱਲ੍ਹੇ ਦੀ ਅੱਗ ਠੰਡੀ ਕਰਤੀ, ਉਹਦਾ ਜ਼ਿੰਮੇਵਾਰ ਕੌਣ ਹੈ? ਮੈਂ ਚੰਨੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅਸਤੀਫਾ ਦਿਓ ਔਰ ਤੁਹਾਡੀ ਸਰਕਾਰ ਜੋ ਬਿਲਕੁਲ ਝੂਠੀ ਸਰਕਾਰ ਹੈ, ਤੁਸੀਂ 4.5 ਸਾਲ ਪਹਿਲਾਂ ਤੁਹਾਡੇ ਹੋਰ ਲੀਡਰਾਂ ਨੇ ਵਾਅਦੇ ਕੀਤੇ ਔਰ ਹੁਣ ਆ ਕੇ ਤੁਸੀਂ ਡਰਾਮੇਬਾਜ਼ੀ ਸਟਾਰਟ ਕਰ ਦਿੱਤੀ ਹੈਗੀ। ਇਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ, ਇਹਨਾਂ ਨੂੰ ਪੱਕੇ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਨਾਲ ਜੋ ਧੋਖਾ ਕੀਤਾ ਜਾ ਰਿਹਾ ਉਹਨੂੰ ਉਸ ਆਰਡਰ ਨੂੰ ਵਾਪਸ ਲਿਆ ਜਾਵੇ, ਮੁਹੰਮਦ ਤੁਗਲਕੀ ਫਰਮਾਨ ਨੂੰ ਵਾਪਸ ਲਿਆ ਜਾਵੇ। ਨਹੀਂ ਤਾਂ ਆਮ ਆਦਮੀ ਪਾਰਟੀ ਨੇ ਇਹ ਗੱਲ ਦੇਖੋ ਸਾਡੇ LOP ਸਾਹਿਬ ਨੇ ਉਠਾ ਦਿੱਤੀ ਹੈ ਔਰ ਲਗਾਤਾਰ ਉਠਾਈ ਜਾਊਗੀ। ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਗੱਲ ਬੜੇ ਜ਼ੋਰਾਂ ਸ਼ੋਰਾਂ ਨੂੰ ਉਠਾਈ ਜਾਊਗੀ। ਅਸੀਂ ਇਹਨਾਂ ਦੇ ਨਾਲ ਹੈ, ਦਿਨ ਰਾਤ ਨਾਲ ਹੈ, ਚਾਹੇ ਸਾਨੂੰ ਭੁੱਖ ਹੜਤਾਲ 'ਤੇ ਬਹਿਣਾ ਪਵੇ, ਚਾਹੇ ਦਿਨ ਰਾਤ ਇਹਨਾਂ ਨਾਲ ਬਹਿਣਾ ਪਵੇ, ਅਸੀਂ ਇਹਨਾਂ ਦੇ ਨਾਲ ਰਹਾਂਗੇ ਔਰ ਜਦੋਂ ਤੱਕ ਇਹ ਤੁਗਲਕੀ ਫਰਮਾਨ ਵਾਪਸ ਨਹੀਂ ਲਿਆ ਜਾਊਗਾ ਉਦੋਂ ਤੱਕ ਅਸੀਂ ਇਹਨਾਂ ਨਾਲ ਬੈਠੇ। ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।